ਕੱਲ ਮਿਤੀ 5 11 2023 ਨੂੰ ਸ਼ਾਮ ਨੂੰ ਲਗਭਗ 7:30 ਵਜੇ ਸਤਖੰਡ 6 ਹਮੰਦਰ ਸਾਹਿਬ ਦੇ ਹਯੂਰੀ ਰਾਗੀ ਭਾਈ ਮਹਾਂਦੀਪ ਸਿੰਘ ਜੀ ਬਟਾਲੇ ਵਿਖੇ ਕੀਰਤਨ ਕਰਨ ਜਾ ਰਹੇ ਸਨ ਰਸਤੇ ਵਿੱਚ ਕੁਝ ਗੁੰਡਾ ਅਨਸਰਾਂ ਵੱਲੋਂ ਕਤੂਨਗੜ ਲਾਗੇ ਰੋਂ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਟੋਲ ਪਲਾਜ਼ਾ ਤੋਂ ਲੰਘੇ ਆ ਅੱਗੇ ਜਾ ਕੇ ਉਹਨਾਂ ਨੇ ਫੇਰ ਇਹਨਾਂ ਦੇ ਇੱਕ ਗੱਡੀ ਲਾ ਕੇ ਇਹਨਾਂ ਨੂੰ ਰੋਕ ਕੇ ਇਹਨਾਂ ਤੇ ਹਮਲਾ ਕਰ ਦਿੱਤਾ ਅਤੇ ਇਹਨਾਂ ਦੀ ਗੱਡੀ ਜਿਹੜੀ ਆ ਉਹ ਨਾਲ ਦਤਰਾ ਨਾਲ ਪੰਦ ਦਿੱਤੀ ਜੇ ਸੱਚਖੰਡ ਸ਼੍ਰੀ ਹਰਮਨਦਾਸ ਸਾਹਿਬ ਦੇ ਹਯੂਰੀ ਰਾਗੀਆਂ ਵੀ ਸੇਫ ਨਹੀਂ ਗਏ ਤਾਂ ਆਮ ਜਿਹੜਾ ਵਿਅਕਤੀ ਉਹ ਕਿੱਥੋਂ ਸੇਫ ਹੋ ਸਕਦਾ ਕਿਉਂਕਿ ਸੱਚਖੰਡ ਸ਼੍ਰੀ ਹਰਮਨਦਾਸ ਸਾਹਿਬ ਦੇ ਹਯੂਰੀ ਰਾਗੀਆਂ ਨੂੰ ਤਕਰੀਬਨ ਸਾਰੀ ਸੰਗਤ ਜਾਣਦੀ ਹੁੰਦੀ ਆ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਸੱਚ ਕਰਨੇ ਸ਼੍ਰੀਮੰਤ ਦੱਸਾ ਹੋਵੇ ਕਿ ਕੀਰਤਨ ਕਰਨ ਵਾਲੇ ਰਾਗੀ ਜਥੇ ਨੇ ਤੇ ਉਹਨਾਂ ਤੇ ਵੀ ਅਜੇ ਗੁੰਡਾ ਅਨਸਰਾਂ ਵੱਲੋਂ ਹਮਲਾ ਕਰਕੇ ਜਿੱਥੇ ਮੈਂ ਸਮਝਦਾ ਕਿ ਗੁਰੂ ਘਰ ਦੇ ਰਾਗੀ ਸਿੰਘਾਂ ਦਾ અપਮਾਨ ਕੀਤਾ ਉੱਥੇ ਮੈਂ ਸਮਝਦਾ ਕਿ ਸਿੱਖ ਕੌਮ ਦਾ ਹੀ અપਮਾਨ ਕੀਤਾ ਕਿਉਂਕਿ ਅਜਿਹੇ ਗੁੰਡਾ ਅਨਸਰ ਦਾ ਕੋਈ ਧਰਮ ਨਹੀਂ ਹੁੰਦਾ ਮੈਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾਂਗੇ ਅਜਿਹੇ ਗੁੰਡਾ ਅਨਸਰਾਂ ਤੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਫੜ ਕੇ ਫਰੋਂ ਤੇ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਜਿਹੜੇ ਬਾਕੀ ਰਾਗੀ ਸਿੰਘਾ ਉਹਨਾਂ ਦਾ ਗੁੱਸਾ ਸ਼ਾਂਤ ਹੋ ਸਕੇ ਤੇ ਜੇ ਬਾਅਦ ਚ ਗੁਨਾਹ ਪੁਲਿਸ ਜਛ ਨਹੀਂ ਕਹੇ ਕਿ ਸ਼ਨਾਉਣੀ ਗੁਰਦਾ ਪ੍ਰਬੰਧਕ ਕਮੇਟੀ ਆ ਤੇ ਜਿਹੜੇ ਸੇਕਵਾ ਮਾ ਇਹ ਕਾਨੂੰਨ ਆਪਣੇ ਹੱਥਾਂ ਚ ਲੈ ਲੈਂਦੇ ਨੇ ਕਿਉਂਕਿ ਜੇ ਕਾਨੂੰਨ ਹੱਥਾਂ ਚ ਲੈਣਾ ਗੁਨਾਹ ਆ ਤੇ ਫਿਰ ਹਮਲੇ ਕਰਨਾ ਸਭ ਤੋਂ ਵੱਡਾ ਗੁਨਾਹ ਆ ਤੇ ਅਜੇ ਜਿਹੜੇ ਸਾਡੇ ਯੂਨੀ ਰਾਗੀ ਨੇ ਜਿਹੜੇ ਗੁਰੂ ਮਹਾਰ ਨਾਲ ਜੁੜੇ ਹੋਏ ਨੇ ਉਨ੍ਹਾਂ ਤੇ ਹਮਲਾ ਕਰਨਾ ਅਤਨਿੰਦਨਯੋਗ ਆ ਮੈਂ ਮਾਂ ਜੋ ਵਿਧਾਨ ਸਭਾ ਸਦਾਰ ਜਿੰਦ ਅਸੀਤਮਜੀ ਵੱਲੋਂ ਇਸ ਘਟਨਾ ਨਿੰਦਾ ਕਰਦਾ ਅਤੇ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਕਰਦਾ ਕਿ ਅਜਿਹੇ ਡੁੰਡਾਂ ਅਨਸਰਾਂ ਦੇ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ ਜਾਵੇ ਕੱਲ ਮਿਤੀ 5 11 2023 ਨੂੰ ਸ਼ਾਮ ਨੂੰ ਲਗਭਗ 7:30 ਵਜੇ ਸੱਚਖੰਡ ਸ਼ੇਰ ਮੰਦਰ ਸਾਹਿਬ ਦੇ ਹਯੂਰੀ ਰਾਕੀ ਭਾਈ ਮਾਂਦੀਪ ਸਿੰਘ ਜੀ ਬਟਾਲੇ ਵਿਖੇ ਕੀਰਤਨ ਕਰਨ ਜਾ ਰਹੇ ਸਨ ਰਾਸਤੇ ਵਿੱਚ ਕੁਝ ਗੁੰਡਾ ਅਨਸਰਾ ਵੱਲੋਂ ਕੱਥੂ ਨਗਰ ਲਾਗੇ ਰੋਂ ਟੱਕਰ ਮਾਰਨ ਦੀ ਕੋਸ਼ਿਸ਼ ਕੀਤੀ ਉਸ ਤੋਂ ਬਾਅਦ ਜਦੋਂ ਟੋਲ ਪਲਾਜ਼ਾ ਤੋਂ ਲੰਘੇ ਆ ਅੱਗੇ ਜਾ ਕੇ ਉਹਨਾਂ ਨੇ ਫੇਰ ਇਹਨਾਂ ਦੇ ਇੱਕ ਗੱਡੀ ਲਾ ਕੇ ਇਹਨਾਂ ਨੂੰ ਰੋਕ ਕੇ ਇਹਨਾਂ ਤੇ ਹਮਲਾ ਕਰ ਦਿੱਤਾ ਅਤੇ ਇਹਨਾਂ ਦੀ ਗੱਡੀ ਜਿਹੜੀ ਆ ਉਹਨਾਂ ਨੇ ਦਾਤਰਾ ਨਾਲ ਭੰਨ ਦਿੱਤੀ ਜੇ ਸੱਚ ਕਹਿੰਦਾ ਹਰਮੰਦਰ ਸਾਹਿਬ ਦੇ ਹਯੂਰੀ ਰਾਗੀ ਵੀ ਸੇਫ ਨਹੀਂਗੇ ਤਾਂ ਆਮ ਜਿਹੜਾ ਵਿਅਕਤੀ ਉਹ ਕਿੱਥੋਂ ਸੇਵ ਹੋ ਸਕਦਾ ਕਿਉਂਕਿ ਸਤਿਗੰਗ ਸ਼੍ਰੀ ਮੰਦਰ ਸਾਹਿਬ ਦੇ ਹਯੂਰੀ ਰਾਗੀਆਂ ਨੂੰ ਤਕਰੀਬਨ ਸਾਰੀ ਸੰਗਤ ਜਾਣਦੀ ਹੁੰਦੀ ਹੈ ਤੇ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਸਤਿਗੰਗ ਸ਼੍ਰੀ ਮੰਦਰ ਸਾਹਿਬ ਵੇਖੇ ਕੀਰਤਨ ਕਰਨ ਵਾਲੀ ਰਾਗੀ ਜਥੇ ਨੇ ਤੇ ਉਹਨਾਂ ਤੇ ਵੀ ਅਜੇ ਗੁੰਡਾ ਅਨਸਰਾਂ ਵੱਲੋਂ ਹਮਲਾ ਕਰਕੇ ਜਿੱਥੇ ਮੈਂ ਸਮਝਦਾ ਕਿ ਗੁਰੂ ਘਰ ਦੇ ਰਾਗੀ ਸਿੰਘਾਂ ਦਾ ਅਪਮਾਨ ਕੀਤਾ ਉੱਥੇ ਮੈਂ ਸਮਝਾਂ ਕਿ ਸੇਕੋਂ ਹੁੰਦਾ ਹੀ ਅਪਮਾਨ ਕੀਤਾ ਕਿਉਂਕਿ ਅਜਿਹੇ ਗੁੰਡਾ ਅਨਸਰ ਦਾ ਕੋਈ ਧਰਮ ਨਹੀਂ ਹੁੰਦਾ ਮੈਂ ਪ੍ਰਸ਼ਾਸਨ ਨੂੰ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾਂਗੇ ਅਜਿਹੇ ਗੁੰਡਾ ਅਨਸਰਾਂ ਤੇ ਨੱਥ ਪਾਈ ਜਾਵੇ ਤੇ ਇਹਨਾਂ ਨੂੰ ਫੜ ਕੇ ਤੁਰੰਤ ਇਹਨਾਂ ਦੇ ਪਰਚਾ ਦਰਜ ਕੀਤਾ ਜਾਵੇ ਤਾਂ ਜੋ ਜਿਹੜੇ ਬਾਕੀ ਰਾਗੀ ਸਿੰਘਾ ਉਹਨਾਂ ਦਾ ਗੁੱਸਾ ਸ਼ਾਂਤ ਹੋ ਸਕੇ ਤੇ ਜੇ ਬਾਅਦ ਚ ਕੋਈ ਨਾ ਪੁਲਿਸ ਪ੍ਰਸ਼ਾਸਨ ਇਹ ਕਹਵੇ ਕਿ ਚੋਣਵਨੀ ਕੋਰ ਦਾ ਪ੍ਰਬੰਧਕ ਕਮੇਟੀ ਆ ਤੇ ਜਿਹੜੇ ਸੇਕੋਮਾ ਇਹ ਕਾਨੂੰਨ ਆਪਣੇ ਹੱਥਾਂ 'ਚ ਲੈਂਦੇ ਨੇ ਕਿਉਂਕਿ ਜੇ ਕਾਨੂੰਨ ਹੱਥਾਂ 'ਚ ਲੈਣਾ ਗੁਨਾਹ ਆ ਤੇ ਫਿਰ ਹਮਲੇ ਕਰਨਾ ਸਭ ਤੋਂ ਵੱਡਾ ਗੁਨਾਹ ਆ ਤੇ ਅਜੇ ਜਿਹੜੇ ਸਾਡੇ ਯੂਰੀ ਰਾਗੀ ਨੇ ਜਿਹੜੇ ਗੁਰੂ ਮਹਾਰਾਜ ਨਾਲ ਜੁੜੇ ਹੋਏ ਨੇ ਉਹਨਾਂ ਤੇ ਹਮਲਾ ਕਰਨਾ ਅਤ ਨਿੰਦਣਯੋਗ ਆ ਮੈਂ ਮਾਂ ਜੋ ਵਿਧਾਨ ਸਭਾ ਸਦਾਰਜਨ ਦਸਨੀ ਧਮਜੀ ਵੱਲੋਂ ਇਸ ਘਟਨਾ ਦੀ ਨਿੰਦਾ ਕਰਦਾ ਅਤੇ ਪ੍ਰਸ਼ਾਸਨ ਨੂੰ ਦੁਬਾਰਾ ਬੇਨਤੀ ਕਰਦਾ ਕਿ ਅਜੇ ਗੁੰਡਾ ਅਨਸਰ ਦੇ ਖਿਲਾਫ ਤੁਰੰਤ ਸਖਤ ਕਾਰਵਾਈ ਕੀਤੀ